ਚੋਰਾਂ ਦੀਆਂ ਇਨੇ ਦਿਨੀ ਪੰਜੇ ਉਂਗਲਾਂ ਘਿਓ ਚ ਨੇ, ਜਦੋਂ ਮਰਜ਼ੀ ਚਾਹੁਣ ਕਿਸੇ ਦੇ ਵੀ ਘਰ ਚ ਹੱਥ ਸਾਫ਼ ਕਰਕੇ ਤੁਰਦੇ ਬਣਦੇ ਨੇ। ਅੰਮ੍ਰਿਤਸਰ ਦੀ ਗ੍ਰੀਨਫੀਲਡ ਕਲੋਨੀ ਦੇ ਘਰ ਚ ਚੋਰਾਂ ਨੇ ਚਿੱਟੇ ਦਿਨੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। 10,000 ਰੁਪਏ ਦੇ ਕਰੀਬ ਨਕਦ ਅਤੇ 7 ਲੱਖ ਦਾ ਸੋਨਾ ਲੈ ਕੇ ਫਰਾਰ ਹੋ ਗਏ। ਜਿਸ ਵੇਲੇ ਇਹ ਘਟਨਾ ਵਾਪਰੀ ਉਸ ਵਕਤ ਘਰ ਚ ਕੋਈ ਨਹੀਂ ਸੀ। ਚੋਰੀ ਹੋ ਗਈ ਜੀ, 7 ਲੱਖ ਦਾ ਕਹਿੰਦਾ ਮੈਂ ਤੇ 8-10 ਹਜ਼ਾਰ ਰੁਪਏ ਕਹਿ, 2 ਤੋਂ ਲੈ ਕੇ 3 ਵਜੇ ਦੇ ਵਿੱਚ। ਇੱਕ ਬੰਦੇ ਤੇ ਕਹਿੰਦੇ ਸਿੰਗਲ ਬੰਦਾ ਹੈਗਾ ਸੀ, ਜੇ ਲੇਟ ਆ ਪਤਾ ਸਾਹਮਣੇ ਬੰਦੇ ਸਾਹਮਣੇ ਘਰ ਵਾਲਿਆਂ ਨੇ ਦੇਖਿਆ। ਹਾਂ, ਉਹ ਜਿਹੜੇ ਟਾਇਰ ਖੋਲੀ ਤੇ ਉਹ 2 ਵਜੇ ਹਥਿਆਰ ਗਈ ਟਾਇਰ ਖੋਲਣ ਨਾਲ। ਹਾਂ, ਪੁਲਿਸ ਮੌਕੇ ਤੇ ਆ ਗਈ ਜੀ ਸਰ। ਮੰਗ ਇਹ ਕਹਿੰਦੇ ਸਾਡੀ ਜਿਹੜੀ ਚੀਜ਼ ਗਈ ਹੈ ਉਹਨੂੰ ਬਰਾਮਦ ਕੀਤਾ ਜਾਵੇ। 7 ਲੱਖ ਦਾ ਸੋਨਾ ਵਾ ਤੇ 8-10 ਹਜ਼ਾਰ ਰੁਪਏ ਕੈਸ਼। ਆਹ ਲੱਗੇ ਨਾਲ ਦੀ ਗਲੀਆਂ, ਜਿਹੜੀ ਗਲੀ ਚੋਂ ਭੱਜਿਆ ਵਾ ਤੇ ਉਹਦੀ ਫੁਟੇਜ ਸੰਘਾਲ ਨਹੀਂ ਹਲੇ, ਵੇਖ ਕੇ ਫਿਰ ਪਤਾ ਚੱਲੇਗਾ। ਪੁਲਿਸ ਨੂੰ ਇਸ ਮਾਮਲੇ ਦੀ ਇਤਲਾਹ ਦਿੱਤੀ ਗਈ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਹਿੰਦੇ ਚੋਰੀ ਹੋ ਗਈ, ਮੌਕਾ ਵੇਖਣ ਦੇ ਆ। ਉਹ ਕਹਿੰਦੇ 8,000 ਰੁਪਏ ਹੋਇਆ ਚੋਰੀ, 8 ਤੋਂ 10 ਹਜ਼ਾਰ ਰੁਪਏ ਹੋਇਆ। ਸੋਨਾ ਕਹਿੰਦੇ ਲਿਸਟ ਬਾਅਦ ਦਵਾਂਗੇ ਜੀ, ਪਤਾ ਨਹੀਂ ਨਹੀਂ ਕੋਈ ਵੀਡੀਓ ਇਹ ਤੇ ਆਏ ਆ ਤੇ ਤਫਤੀਸ਼ ਕਰ ਰਹੇ ਆ, ਇੱਥੇ ਕੋਈ ਲੱਗਾ ਨਹੀਂ ਲੱਗੇ ਕੋਈ ਵੀ ਕਿਸੇ ਅੱਗੇ ਵੇਖਣੇ, ਹੁਣ ਵੇਖਣ ਦੇ ਪਾਜੇ ਛੱਡੀਆਂ ਵੇਖਣ ਦੇ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। For more news updates and entertainment videos, please subscribe our channel. For all latest notification, don't forget to press the bell icon.